ਸਟੱਡੀ ਐਂਡ ਸੈਟਲ ਇਨ ਕੈਨੇਡਾ ਵਿਦਆਊਟ ਪ੍ਰੋਸੈਸਿੰਗ ਚਾਰਜਿਸ। ਅੱਜ ਸਾਡੇ ਨਾਲ ਹੈਗੇ ਜੀ ਅਮਿਤ ਸ਼ਰਮਾ ਜੀ, ਜੈਸਿਕਾ ਦੇ ਫਾਦਰ, ਜਿਨ੍ਹਾਂ ਦੀ ਬੇਟੀ ਦਾ ਵੀਜ਼ਾ ਆਇਆ ਹੈਗਾ ਸਿਰਫ 12 ਦਿਨਾਂ ਦੇ ਵਿੱਚ ਕੈਨੇਡਾ ਦਾ ਅਲੈਗਜ਼ੈਂਡਰ ਕਾਲਜ ਦੇ ਵਿੱਚ। ਅਮਿਤ ਜੀ ਨੂੰ ਪੁੱਛਾਂਗੇ ਉਹਨਾਂ ਦਾ ਐਕਸਪੀਰੀਅੰਸ ਸਾਡੇ ਨਾਲ ਕਿੱਦਾਂ ਦਾ ਰਿਹਾ। ਅਮਿਤ ਜੀ ਕਿੱਦਾਂ ਦਾ ਐਕਸਪੀਰੀਅੰਸ ਰਿਹਾ? ਬਹੁਤ ਅੱਛਾ ਐਕਸਪੀਰੀਅੰਸ ਰਿਹਾ ਸਰ। ਕਾਫੀ ਜਗ੍ਹਾ 'ਤੇ ਮੈਂ ਗਿਆ ਸੀ ਔਰ ਵਿਦ ਇਨ 12 ਡੇਜ਼ ਸਾਡਾ ਵੀਜ਼ਾ ਆ ਗਿਆ ਜੀ। ਸਾਨੂੰ ਤਾਂ ਤੁਸੀਂ ਫੋਨ ਕੀਤਾ ਵੀ ਤੁਹਾਡਾ ਵੀਜ਼ਾ ਆ ਗਿਆ, ਠੀਕ ਆ। ਚਲੋ ਇਨਸਾਨ ਬੰਦਾ ਜੀ ਆਪਦਾ ਬਿਜ਼ੀ ਸੀਗਾ ਕੰਮਾਂ ਦੇ ਵਿੱਚ, ਪਤਾ ਹੀ ਨਹੀਂ ਲੱਗਿਆ ਤੁਹਾਨੂੰ ਕੋਈ ਗੇੜਾ ਤਾਂ ਨਹੀਂ ਮਾਰਨਾ ਪਿਆ ਸਾਡੇ ਕੋਲ। ਕੀ ਤੁਸੀਂ ਐਕਸਪੀਰੀਅੰਸ ਸਾਂਝਾ ਕਰੋਗੇ ਤੁਸੀਂ ਆਪਣੇ? ਸਰ ਵਿਦਆਊਟ ਇੱਕ ਡਾਕੂਮੈਂਟਸ ਦਿੱਤੇ ਆ ਜੀ, ਫੋਨ ਕਾਲਸ ਦੇ ਉੱਪਰ ਕੰਮ ਹੁੰਦਾ ਰਿਹਾ ਜੀ। ਬੇਟੀ ਨੇ ਮੈਨੂੰ ਤਾਂ ਉਦੋਂ ਦੱਸਿਆ ਵੀ ਪਾਪਾ ਵੀਜ਼ਾ ਆ ਗਿਆ ਮੇਰਾ, ਔਰ ਬਿਨਾਂ ਕਿਸੇ ਫੀਸ ਤੋਂ, ਕੋਈ ਚਾਰਜਿੰਗ ਨਹੀਂ, ਕੋਈ ਕੁਛ ਨਹੀਂ, ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਆਈ। ਇੰਨਾ ਵਧੀਆ ਡੀਲ ਔਰ ਭਰਾਵਾਂ ਵਾਂਗੂ, ਠੀਕ ਹੈ ਨਾ ਜੀ। ਅਸੀਂ ਇਹ ਸੋਚ ਕੇ ਕੀਤਾ ਸੀਗਾ ਵੀ ਚਲੋ ਵੀ ਆਪਣਾ ਘਰ ਆ, ਔਰ ਉਵੇਂ ਇਹਨਾਂ ਨੇ ਸਾਰਾ ਡੀਲ ਕੀਤਾ। ਸ਼ੁਕਰੀਆ ਜੀ, ਇਹੀ ਸਾਡੀ ਅਪਰੋਚ ਰਹਿੰਦੀ ਹੈ। ਬਹੁਤ ਬਹੁਤ ਥੈਂਕ ਯੂ। ਜਿਵੇਂ ਆਪਾਂ ਤੁਸੀਂ ਦੱਸ ਰਹੇ ਸੀਗੇ ਕਿ ਪਹਿਲਾਂ ਚੰਡੀਗੜ੍ਹ ਜਾਂ ਲੁਧਿਆਣਾ ਤੁਹਾਡੇ ਨਾਲ ਉੱਥੇ ਕੰਸਲਟੈਂਸੀ ਫੀਸਿਸ ਲੈ ਰਹੇ ਸੀ, ਹਾਂਜੀ ਲੈ ਰਹੇ ਸੀ, ਉਹ ਐਕਸਪੀਰੀਅੰਸ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਦੱਸੋ ਆਪਣਾ। ਉੱਥੇ ਸਰ ਜਿੱਥੇ ਜਾ ਰਹੇ ਸੀਗੇ ਕੋਈ 40,000, ਕੋਈ 50,000, ਠੀਕ ਹੈ ਨਾ ਜੀ। ਹਰ ਅਲੱਗ ਅਲੱਗ ਸੀਗਾ ਸਿਸਟਮ ਸਭ ਦਾ, ਠੀਕ ਹੈ। ਔਰ ਇੱਥੇ ਬਿਨਾਂ ਚਾਰਜਿਸ ਤੋਂ ਸਾਨੂੰ ਵੀਜ਼ਾ ਆ ਗਿਆ ਜੀ, ਔਰ ਕਿਤੇ ਜਾਣਾ ਉਹਨਾਂ ਨੇ ਪਿਆ, ਕਿੰਨੇ ਗੇੜੇ ਲਵਾਉਂਦੇ ਆ ਲੋਕ ਜੀ। ਬਹੁਤ ਅੱਛਾ ਵਧੀਆ ਮਾਡਲ। ਮੈਨੀ ਮੈਨੀ ਕੰਗ੍ਰੈਚੁਲੇਸ਼ਨ। ਥੈਂਕ ਯੂ ਸਰ। ਮਹਾਤਮਾ ਬਹੁਤ ਤਰੱਕੀਆਂ ਦੇਵੇ ਤੁਹਾਨੂੰ ਵੀ ਜੀ। ਸ਼ੁਕਰੀਆ ਜੀ। ਜਿਹੜੇ ਵੀ ਸਟੂਡੈਂਟਸ ਬਾਹਰ ਜਾਣ ਲਈ ਸੋਚ ਰਹੇ ਨੇ, ਇੱਕ ਵਾਰ ਵੈਨ ਯੂਰ ਇੰਗਲਿਸ਼ ਜ਼ਰੂਰ ਆਓ। ਵਿਦਆਊਟ ਐਨੀ ਪ੍ਰੋਸੈਸਿੰਗ ਚਾਰਜਿਸ ਵੀ ਵਿਲ ਹੈਲਪ ਯੂ ਟੂ ਮਾਈਗ੍ਰੇਟ ਕੈਨੇਡਾ। ਪਬਲਿਕ ਕਾਲਜਿਸ ਨੇ ਸਾਰੇ ਸਾਡੇ ਕੋਲ, ਔਰ ਅਗਰ ਤੁਸੀਂ ਪੇ ਆਫਟਰ ਵਿਜ਼ਾ ਆਪਸ਼ਨ ਵੀ ਸਾਡੇ ਕੋਲ ਹੈ ਪਬਲਿਕ ਕਾਲਜਿਸ ਦੇ। ਨੋਰਮਲੀ ਕੀ ਹੁੰਦਾ ਕਿ ਪ੍ਰਾਈਵੇਟ ਕਾਲਜਿਸ ਆਫਰ ਕੀਤੇ ਜਾਂਦੇ ਆ ਪੇ ਆਫਟਰ ਦੇ ਵਿੱਚ, ਬਟ ਅਸੀਂ ਪਬਲਿਕ ਕਾਲਜਿਸ ਦੇਵਾਂਗੇ। ਵੀ ਹੈਵ ਮੋਰ ਦੈਨ 250 ਡਾਇਰੈਕਟ ਆਈਐਪਸ। ਸੋ ਨੀਚੇ ਦਿੱਤੇ ਗਏ ਨੰਬਰਾਂ 'ਤੇ ਤੁਸੀਂ ਸੰਪਰਕ ਕਰੋ। ਇੱਕ ਰਾਈਟ ਔਰ ਅਪਰੋਚ ਦੇ ਨਾਲ ਜੇ ਤੁਸੀਂ ਅਪਲਾਈ ਕਰਵਾਉਣਾ ਚਾਹੁੰਦੇ ਹੋ, ਐਕਸਪੀਰੀਅੰਸ ਕੰਸਲਟੈਂਸੀਸ ਦੇ ਥਰੂ ਅਪਲਾਈ ਕਰਾਉਣਾ ਚਾਹੁੰਦੇ ਹੋ, ਤਾਂ ਇਸੇ ਤਰ੍ਹਾਂ ਤੁਹਾਡਾ ਵੀ ਵੀਜ਼ਾ ਆ ਸਕਦਾ ਹੈ। ਥੈਂਕ ਯੂ।